ਪੰਜਾਬ 'ਚ ਨਵੀਂ ਸਰਕਾਰ ਸੱਤਾ ਵਿੱਚ ਆਉਣ ਤੋਂ ਬਾਅਦ ਹਰ ਇੱਕ ਸਰਕਾਰੀ ਵਿਭਾਗ ਆਪਣੀ ਜ਼ਿੰਮੇਵਾਰੀ ਪ੍ਰਤੀ ਕਾਫੀ ਜ਼ਿਆਦਾ ਸੁਚਾਰੂ ਹੁੰਦਾ ਦਿਖਾਈ ਦੇ ਰਿਹਾ, ਜਿਸ ਦੇ ਚੱਲਦਿਆਂ ਫੂਡ ਸਪਲਾਈ ਵਿਭਾਗ ਦੀ ਟੀਮ ਨੇ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਮਲੋਟ 'ਚ ਸੂਰੀਆ ਨਗਰੀ 'ਚ ਬੱਚਿਆਂ ਦੇ ਖਾਣ ਪੀਣ ਵਾਲੀਆਂ ਚੀਜ਼ਾਂ ਬਣਾਉਣ ਵਾਲੀ ਫੈਕਟਰੀ 'ਤੇ ਛਾਪਾ ਮਾਰਿਆ ਅਤੇ ਕਈ ਤਰ੍ਹਾਂ ਦੇ ਖਾਣ ਪੀਣ ਦੀਆਂ ਵਸਤੂਆਂ ਦੇ ਸੈਂਪਲ ਵੀ ਭਰੇ ਅਤੇ ਐਕਸਪਾਇਰੀ ਮਾਲ ਨੂੰ ਮੌਕੇ 'ਤੇ ਹੀ ਬਾਹਰ ਸੁੱਟਵਾ ਦਿੱਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਲੋਟ ਵਿੱਚ ਸੂਰੀਆ ਨਗਰੀ ਦੇ ਵਿੱਚ ਇੱਕ ਫੈਕਟਰੀ 'ਚ ਐਕਸਪਾਇਰੀ ਮਾਲ ਵੇਚਿਆ ਜਾ ਰਿਹਾ ਅਤੇ ਉਹ ਮਾਲ ਜਿਸ ਤਰ੍ਹਾਂ ਬਾਹਰੋਂ ਮੰਗਵਾਉਂਦੇ ਆ ਉਹਨਾਂ ਦੀ ਪੈਕਿੰਗ ਕਰਕੇ ਅੱਗੇ ਸੇਲ ਕਰ ਦਿੰਦੇ ਨੇ। ਇਸ ਸੰਬੰਧ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਕਿ ਫੈਕਟਰੀ ਦੇ ਮਾਲਕ ਕੋਲ ਫੈਕਟਰੀ ਚਲਾਉਣ ਦਾ ਕੋਈ ਲਾਇਸੈਂਸ ਵੀ ਮੌਜੂਦ ਨਹੀਂ ਹੈ। ਇਸ ਦੇ ਨਾਲ ਹੀ ਅਫਸਰਾਂ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਜੋ ਸੈਂਪਲ ਇੱਥੋਂ ਲਿੱਤੇ ਗਏ ਨੇ ਉਹਨਾਂ ਨੂੰ ਕੁਝ ਦਿਨਾਂ ਦੇ ਵਿੱਚ ਹੀ ਮੀਡੀਆ ਨਾਲ ਸਾਂਝਾ ਕੀਤਾ ਜਾਵੇਗਾ ਕਿ ਉਹ ਸੈਂਪਲ ਸਹੀ ਪਾਏ ਗਏ ਨੇ ਜਾਂ ਕਿਤੇ ਨਾ ਕਿਤੇ ਉਹਨਾਂ ਖਿਲਾਫ਼ ਬਣਦੀ ਕਾਰਵਾਈ ਹੋਵੇਗੀ। ਸਰ ਮੇਰੇ ਕੋਲ ਤਾਂ ਕੁਛ ਮਿਲਿਆ ਨਹੀਂ, ਕੁਛ ਸਫਾਈ ਸਾਰੀ ਹੈ, ਸਭ ਕੁਛ ਹੈਗਾ। ਲਾਇਸੈਂਸ ਸੀਗਾ ਮੈਡਮ? ਲਾਇਸੈਂਸ ਤਾਂ ਮੈਨੂੰ ਇਸ ਬਾਰੇ ਨੌਲੇਜ ਹੀ ਨਹੀਂ ਹੈ ਕੀ ਚੀਜ਼ ਹੁੰਦੀ ਹੈ ਕੀ ਨਹੀਂ ਹੁੰਦੀ। ਕੁਝ ਐਕਸਪਾਇਰ ਜਿਹੜਾ ਸਮਾਨ ਐਕਸਪਾਇਰਿਕ ਹੈ ਉਹ ਅਸੀਂ ਕੰਪਨੀ ਨੂੰ ਵਾਪਸ ਕਰਦੇ ਹਾਂ, ਕੰਪਨੀ ਜਦੋਂ ਸਾਨੂੰ ਕਹਿ ਦਿੰਦੀ ਹੈ ਕਿ ਬਿੱਲ ਵਾਪਸੀ ਜਾਂਦਾ ਮਾਲ ਉਦੋਂ ਮਤਲਬ ਕਿ ਹੁੰਦਾ ਹੀ ਹੈ, ਜਿਵੇਂ ਹੁਣ ਕੰਪਨੀ ਦੀ ਐਕਸਪਾਇਰੇ ਵੀ ਮਾਲ ਆਉਂਦਾ, ਕੰਪਨੀ ਤਾਂ ਸਿੱਟਦੀ ਸਿੱਟਦੀ ਹੈ, ਉਹ ਬਸ ਅਸੀਂ ਲਿਖਵਾ ਦਿੰਦੇ ਹਾਂ ਇੰਨਾ ਮਾਲ ਤੁਹਾਡਾ ਖਰਾਬ ਹੋ ਗਿਆ। ਸਾਡੇ ਕੋਲ ਗੁਪਤ ਸ਼ਿਕਾਇਤ ਆਈ ਸੀਗੀ ਵੀ ਮਲੋਟ ਦੇ ਵਿੱਚ ਕੋਈ ਸੂਰਿਆ ਨਗਰ ਦੇ ਵਿੱਚ ਫੈਕਟਰੀ ਚੱਲਦੀ ਪਈ ਹੈਗੀ ਆ ਵਿਦਆਊਟ ਲਾਇਸੈਂਸ ਤੋਂ, ਔਰ ਉਹਦੇ ਵਿੱਚ ਅਨਹਾਈਜੈਨਿਕ ਦੇ ਵਿੱਚ ਸਮਾਨ ਬਣਦਾ ਪਿਆ। ਅਸੀਂ ਜਦੋਂ ਆ ਕੇ ਦੇਖਿਆ ਤਾਂ ਸਾਨੂੰ ਵਾਕਿਆ 'ਚ ਹੈਰਾਨੀ ਹੋਈ ਵੀ ਇੰਨਾ ਜਿਹੜਾ ਸਮਾਨ ਹੈਗਾ ਬਣਦਾ ਪਿਆ ਵਿਦਆਊਟ ਐਨੀ ਲਾਇਸੈਂਸ ਤੋਂ। ਸਾਨੂੰ ਲੇਬਰ ਵੀ ਨਹੀਂ ਮਿਲੀ, ਨਾ ਸਾਨੂੰ ਉਹਨਾਂ ਦੇ ਕਰੋਨਾ ਦੇ ਸਰਟੀਫਿਕੇਟਸ ਵਗੈਰਾ ਵੈਕਸੀਨੇਸ਼ਨ ਦੇ ਸਰਟੀਫਿਕੇਟ ਸਾਨੂੰ ਦਿਖਾਏ ਗਏ ਨੇ ਅਤੇ ਉਸ ਜਦੋਂ ਅਸੀਂ ਚੈੱਕ ਕੀਤਾ ਆ ਕੇ ਆਪਣੇ ਕੁਛ ਕਿੰਨਾ ਦਾ ਜਿਹੜਾ ਸਮਾਨ ਹੈਗਾ ਬਾਹਰੋਂ ਲਿੱਤਾ ਸੀਗਾ, ਕੁਛ ਐਕਸਪਾਇਰੀ ਵੀ ਪਿਆ ਸੀਗਾ, ਅਸੀਂ ਕਾਫੀ ਮਾਤਰਾ 'ਚ ਐਕਸਪਾਇਰੀ ਸਮਾਨ ਇਹਨਾਂ ਦਾ ਸਟਾਇਆ ਵੀ ਹੈਗਾ। ਉਹਨਾਂ ਨੇ ਲਾਸਟ ਟਾਈਮ ਇਹਨਾਂ ਨੂੰ ਵਾਰਨਿੰਗ ਵੀ ਦਿੱਤੀ ਵੀ ਇੱਦਾਂ ਆਇੰਦਾ ਨਹੀਂ ਹੋਣਾ ਚਾਹੀਦਾ, ਅਸੀਂ ਚੈਕਿੰਗ ਹੁਣ ਰੂਟੀਨ 'ਚ ਕਰਦੇ ਰਹਾਂਗੇ ਇਹਨਾਂ ਦੀ ਸ਼ੋਪਸ 'ਤੇ। ਅਸੀਂ ਸੈਂਪਲ ਲੈ ਲਿੱਤੇ ਆ, ਇਹਨਾਂ ਦੀ ਕੁਛ ਸ਼ਿਕਾਇਤ ਸੀਗੀ ਇਮਲੀ ਦੀ, ਇਮਲੀ ਦੀ ਗੋਲੇ ਦਾ ਸੈਂਪਲ ਅਸੀਂ ਲੈ ਲਿਆ, ਉਹ 'ਤੇ ਕਾਰਵਾਈ ਕੀਤੀ ਜਾਏਗੀ। ਅਤੇ ਹੋਰ ਸਰ ਜਿਹੜੇ ਅਨਔਥੋਰਾਈਜ਼ ਜਿਹੜੇ ਲਾਇਸੈਂਸ ਬਿਨਾਂ ਲਾਇਸੈਂਸ ਤੋਂ ਫੈਕਟਰੀਜ਼ ਬਣਦੀ ਉਹਨਾਂ ਨੂੰ ਕੀ ਮੈਸੇਜ? ਉਹ ਡਿਪਾਰਟਮੈਂਟ ਇਹਨਾਂ ਨੂੰ ਨੋਟਿਸ ਕੱਢੂਗਾ ਜੀ, ਹਫ਼ਤੇ ਵੇਲੇ ਜਵਾਬ ਦੇਣਾ ਪਊਗਾ ਇਹਨਾਂ ਨੂੰ। ਅਤੇ ਇਹਨਾਂ 'ਤੇ ਕੀ ਹੁਣ ਇਸ ਦੁਕਾਨਦਾਰਾਂ 'ਤੇ ਕੀ ਕਾਰਵਾਈ ਕੀਤੀ? ਇਹਨਾਂ ਸੈਂਪਲ ਦਿੱਤਾ ਗਿਆ ਇਹਨਾਂ ਦਾ, ਇਹਨਾਂ 'ਤੇ ਕਾਰਵਾਈ ਕੀਤੀ ਜਾਵੇਗੀ, ਜੋ ਰਿਪੋਰਟ ਆਊਗੀ ਤਾਂ ਦਰਜ ਕਰ ਲਈ।